ਬਿਕਰਮੀ ਦਾ ਦਿਨ ਸੀ ਭਾਵ 30 ਅਕਤੂਬਰ 1469 ਈਸਵੀ। ਸਤਿਗੁਰ ਨਾਨਕ ਦੇਵ ਦਾ ਸੱਚੇ ਪਾਤਸ਼ਾਹ ਜੀ ਦਾ ਪ੍ਰਾਦੁਰਭਾਵ ਹੋਇਆ ਰਾਏਭੋਇ ਦੀ ਤਲਵੰਡੀ ਦੇ ਵਿੱਚ, ਜਿਹਨੂੰ ਨਨਕਾਣਾ ਸਾਹਿਬ ਆਖਿਆ ਜਾਂਦਾ ਹੈ। ਪਿਤਾ ਕਲਿਆਣ ਦਾਸ ਜਿਨ੍ਹਾਂ ਦਾ ਨਾਮ ਮਹਿਤਾ ਕਾਲੂ ਜੀ ਆਇਆ ਤੇ ਮਾਤਾ ਤ੍ਰਿਪਤਾ ਦੇ ਕੁੱਖੋਂ ਅਵਤਾਰ ਹੋਇਆ, ਤੇ ਫਿਰ ਜਦੋਂ ਅਵਤਾਰ ਹੋਇਆ ਤੇ ਫਿਰ ਗੁਰਬਾਣੀ ਚ ਇਸ ਬਾਬਤ ਆਖਿਆ ਗਿਆ, ਸਤਿਗੁਰੂ ਨਾਨਕ ਪ੍ਰਗਟਿਆ ਤੁਮ ਜਗ ਚਾਨਣ ਹੋਆ, ਜਿਉ ਕਰ ਸੂਰਜ ਨਿਕਲਿਆ ਕਾਲੇ ਸਪੇ ਅੰਧੇਰੇ ਮਲਵਾ। ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ ਜਦੋਂ ਅਵਤਾਰ ਹੋਇਆ ਤੇ ਫਿਰ ਇਸ ਤਰ੍ਹਾਂ ਸੰਸਾਰ ਦੇ ਵਿੱਚ ਜਿਸ ਤਰ੍ਹਾਂ ਸੂਰਜ ਨਿਕਲਦਾ ਤੇ ਅੰਧੇਰਾ ਦੂਰ ਹੋ ਜਾਂਦਾ ਹੈ, ਇਸ ਤਰ੍ਹਾਂ ਦਾ ਫਿਰ ਇਹ ਅਵਤਾਰ ਹੋਇਆ ਆਣ ਕੇ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਉਹ ਜਿਹੜਾ ਅੰਧਕਾਰ ਅਗਿਆਨਤਾ ਦਾ ਸੀ ਲੋਕਾਂ ਦੇ ਵਿੱਚ ਉਸ ਨੂੰ ਆਣ ਕੇ ਵਟਾਇਆ। ਤਾਂ ਹੀ ਗੁਰਬਾਣੀ ਚ ਇਹ ਦਰਜ ਹੋਇਆ ਕਿ ਸਤਿਗੁਰੂ ਨਾਨਕ ਪ੍ਰਗਟਿਆ ਮਿਟੀ ਧੁੰਦ ਜਗ ਚਾਨਣ ਹੋਆ। ਉਹ ਜੀਵਾ ਹੋ ਪ੍ਰਗਟਿਆ ਸਤਿਗੁਰ ਨਾਨਕ ਵਾਹੋ ਪ੍ਰਗਟਿਆ ਸਤਿਗੁਰੂ ਨਾਨਕ ਪਰ ਪੂਰਨ ਅਵਤਾਰ ਆ ਕੇ ਭੁੱਲੇ ਭਟਕੇ ਲੋਕਾਂ ਨੂੰ ਅੰਧਕਾਰ ਦੇ ਵਿੱਚ ਡੁੱਬੇ ਲੋਕਾਂ ਨੂੰ ਅਗਿਆਨਤਾ ਦੇ ਵਿੱਚ ਭਰੇ ਹੋਏ ਲੋਕਾਂ ਨੂੰ ਫਿਰ ਗਿਆਨ ਦਿੱਤਾ ਹੈ, ਉਹਨੇ ਗਿਆਨ ਦਾ ਪ੍ਰਕਾਸ਼ ਕਰਵਾਇਆ। ਵਾਹੋ ਪ੍ਰਗਟਿਆ ਸਤਿਗੁਰੂ ਨਾਨਕ ਪਰ ਪੂਰਨ ਅਵਤਾਰ